ਇਹਨਾਂ ਬਿਆਨ ਦਵਾਏ ਕਾਲੇ ਕਾਨੂੰਨਾਂ ਦੇ ਹੱਥ 'ਚ ਬਹੁਤ ਵੱਡੇ ਪੈਮਾਨੇ ਤੇ ਪੰਜਾਬ ਭੜਕ ਪਿਆ ਕਿਸਾਨ ਇਹਨਾਂ ਦੇ ਘਰ ਦੇ ਬਾਹਰ ਜਾ ਕੇ ਬਾਦਲਪਿੰਡ 'ਚ ਬਹਿ ਗਏ ਇਹਨਾਂ ਦੀ ਆਮ ਕਿਸਾਨ ਇਹ ਪੰਜਾਬ ਦਾ ਉਹਨਾਂ ਨੇ ਅਜੇ ਮੋਦੀ ਸਾਹਿਬ ਨੂੰ ਤੇ ਭਾਜਪਾ ਨੂੰ ਉਸ ਗੱਲ ਦੀ ਮਾਫੀ ਨਹੀਂ ਅਜੇ ਦਿੱਤੀ ਐਸ ਟਾਈਮ ਇੱਕੋ ਦਾ ਹੀ ਵਿਵਾਦਿਤ ਦੂਜਾ ਬਿੱਲ ਤਿਆਰ ਕਰ ਲਏ ਜਿਹਨੂੰ ਯੂਨੀਫਾਈਡ ਉਹਨੂੰ ਸਿਵਲ ਕੋਡ ਕਹਿੰਦੇ ਨੇ ਯੂਸੀਸੀ ਜਿਹੜਾ ਟੋਟਲੀ ਐਂਟੀ ਮਿਨੋਰਟੀ ਜੇ ਅੱਜੇ ਜੁਆਇਨ ਕਰਦੇ ਨੇ ਤੇ ਇਹ ਉਹੀ ਪੋਜੀਸ਼ਨ ਬਣ ਜਾਣੀ ਹੈ ਜਿਹੜੀ ਤਿੰਨ ਕਾਲੇ ਕਾਨੂੰਨਾਂ ਦੇ ਬਾਅਦ ਬਣੀ ਕਿਉਂਕਿ ਇਹਦਾ ਬਹੁਤ ਅਕਾਲੀ ਦਲ ਨੇ ਵਿਰੋਧ ਕੀਤਾ ਤੇ ਇਹਦਾ ਵਿਰੋਧ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਕੀਤਾ ਪੰਜਾਬ ਦੇ ਵਿੱਚ ਮੈਂ ਸਮਝਦਾ ਇਹ ਸੁਸਾਈਡਲ ਹੋਏਗਾ ਕਾਂਦੀ ਦਲਵਾਸ ਪਾਜਪਾ ਦਾ ਤਾਂ ਸ਼ਾਇਦ ਸੌਰਜ ਇਟ ਹੈਲਪਸ ਯੂ ਇਹ ਤੁਹਾਡਾ ਤੁਹਾਡਾ ਪਰਪਸ ਹੈ ਹੋ ਗਿਆ ਕੋ ਮੇਰੇ ਕਹਿਨ ਤੇ ਤੇ ਜਾਣਾ ਨਹੀਂ ਤੁਸੀਂ ਇਹ ਕਿਉਂ ਕਰੋਨੇ ਉਹ ਜੇ ਕੋਈ ਬੰਦਾ ਸੁਸਾਈਡ ਕਰਨਾ ਚਾਹੁੰਦਾ ਤੇ ਤੁਹਾਨੂੰ ਲਾਈਫ ਮਿਲਦੀ ਉਹਦੇ ਨਾਲ ਹੜੋ ਦੇ ਠਾ ਮੀ ਨਹੀਂ ਨਹੀਂ ਵੇਖੋ ਮੈਂ ਸਮਝਦਾ ਰੀਜਨਲ ਪਾਰਟੀਆਂ ਪੰਜਾਬ ਦੇ ਵਿੱਚ ਜੀਉਂਦੀਆਂ ਰੱਖਣੀਆਂ ਜ਼ਰੂਰੀ ਨੇ ਹੁਣ ਜੋ ਪਾਸਟ ਦੇ ਵਿੱਚ ਜਖੜ ਸਾਹਿਬ ਨੇ ਆਰਐਸਐਸ ਬਾਰੇ ਤੇ ਬੀਜੇਪੀ ਬਾਰੇ ਤੇ ਕਮੈਂਟ ਦਿੱਤੇ ਨੇ ਉਹ ਸਾਰੇ ਸੋਸ਼ਲ ਮੀਡੀਆ ਤੇ ਆ ਗਏ। ਹੁਣ ਉਹਨਾਂ ਨੂੰ ਕਿਸ ਤਰ੍ਹਾਂ ਕੌਨਟਰਡਿਕਟ ਕਰਨਗੇ ਉਹਨਾਂ ਗੱਲਾਂ ਨੂੰ? ਚੇਂਜ ਆਫ ਹਾਰਟ ਵੀ ਤਾਂ ਹੋ ਜਾਂਦਾ। ਨਹੀਂ, ਚੇਂਜ ਆਫ ਹਾਰਟ ਜਖੜ ਸਾਹਿਬ ਦਾ ਤੇ ਹੋ ਸਕਦਾ ਹੋ ਗਿਆ ਹੋਵੇ, ਬਟ ਪੰਜਾਬੀਆਂ ਦਾ ਨਹੀਂ ਹੋਇਆ। ਵੈਦਨਸ ਬਿਊਰੋ ਕੀ ਕਰ ਰਹੀ ਆ? ਵਾਕਈ ਤੁਹਾਡੇ ਬੰਦੇ ਇੰਨੇ ਕਰਪਟ ਸੀਗੇ ਜੀ? ਆਈ ਐਮ ਨੋਬਦੀ ਟੂ ਗਿਵ ਅ ਜਜਮੈਂਟ। ਜਜਮੈਂਟ ਹੈਸ ਟੂ ਬੀ ਗਿਵਨ ਬਾਈ ਅ ਜਜ। ਹਾਂ। ਇਨਾ ਦਾ ਕੰਮ ਹੈ ਫੜਨਾ ਜੋ ਮਰਜ਼ੀ ਕਰੇ ਗਵਰਨਮੈਂਟ ਦੇ ਵਿੱਚ ਨੇ ਸਭ ਪੁੱਛਣ ਜਾਂਦਾ ਪੁਵਾਂਜੀ ਜਿੱਥੋਂ ਤੱਕ ਤੁਹਾਡੇ ਆਈਐਸ ਤੇ ਆਈਪੀਐਸ ਅਫਸਰਾਂ ਦੀ ਗੱਲ ਹੁਣ ਜਿਹਾ ਪੀਐਸਆਈਈਸੀ ਮੇਰਾ ਖਿਆਲ ਪੰਜਾਬ ਦਾ ਸਭ ਤੋਂ ਵੱਡਾ ਸਕੈਮ ਪੀਐਸਆਈਈਸੀ ਦਾ ਸਕੈਮ ਇਹਦੇ ਆਈਐਸ ਸਾਡੇ ਨਾਲ ਨਾ ਤੁਰੇ ਆਈਪੀਐਸ ਨਾਲ ਨਾ ਤੁਰੇ ਪੀਸੀਐਸ ਨਾਲ ਨਾ ਤੁਰੇ ਤੇ ਸਰਕਾਰ ਕਿਸ ਤਰ੍ਹਾਂ ਚਲਾਵਾਂਗੀ ਹੁਣ ਪੋਲੀਟੀਸ਼ੀਅਨਸ ਤੇ ਜਿਹੜਾ ਕੰਮ ਕਰਨਾ ਤੁਸੀਂ ਡਿਸਪਰੋਪੋਰਸ਼ਨੇਟ ਅਸੈਕਟਸ ਦਾ ਕੇਸ ਲਿਆਓ so that ਅਸੀਂ IAS ਨੂੰ IPS ਨੂੰ PCS ਕਰਪਟ ਬੰਦੇਆਂ ਨੂੰ ਅਸੀਂ ਬਚਾ ਸਕੀਏ ਜਿਹੜੇ ਬੰਦਿਆਂ ਤੇ ਕੋਈ ਕੇਸ ਐਸੀ ਹੋਈ ਇਸ ਗੱਲ ਤੇ ਚਲੇਗਾ ਸ਼ਾਇਦ ਪਾਟਪਾ ਜਾ ਕੇ ਬਚ ਜਾਵਾਂਗੇ ਸਬੂ ਤੇ ਜੀਮਨ ਸਾਹਿਬ ਕਹਿ ਰਿਹਾ ਨਹੀਂ ਨਹੀਂ ਉਹ ਕਹਿ ਰਿਹਾ ਨਹੀਂ ਨਹੀਂ ਮੈਨੂੰ ਜੀ ਡੀਪ ਪ੍ਰੋਸੈਸ ਇਹ ਦੂਗੇ اچھا ਕੀਤਾ ਨਹੀਂ ਚਲੋ ਇੱਕ ਮਿੰਟ ਮੈਂ ਕਿਹਾ ਉਹਨੇ ਗੋਲੀ ਚਲਾਉਣੀ ਸੀ ਬੰਦਾ ਮਾਰਨਾ ਸੀ ਪਰ ਗੋਲੀ ਚੱਲੀ ਅੱਛਾ ਚੱਲੀ ਨਹੀਂ ਤੇ ਫਿਰ ਅੰਦਰ ਕਿਹੜੀ ਗੱਲੋਂ ਦੇ ਦਿੱਤਾ ਛਰਾਰੀ ਆਡੀਓ ਤੇ ਆਈ ਸਾਰੇ ਕੰਮ ਉਹ ਆਡੀਓ ਉਹ ਸਬੂ ਦੇ ਤੇ ਉਹਦੇ ਤੇ ਕਿਉਂ ਜਿਹੜਾ ਅਮਿਤ ਰਤਨ ਸੀ ਉਹਨੂੰ ਫੜ ਲਿਆ ਮੌਕੇ ਤੇ ਵਿਜੀਲੈਂਸ ਨੇ ਬਟੰਡੇ ਉਤੋਂ ਟੈਲੀਫੋਨ ਦਿੱਲੀ ਤੋਂ ਆਪ ਦੇ ਕਿਸੇ ਟੌਪ ਲੀਡਰ ਦਾ ਆਇਆ ਫਿਰ ਉਸੇ ਵਿਜੀਲੈਂਸ ਨੇ ਲਾਈਟਾਂ ਬੰਦ ਕਰਾ ਕੇ ਉਹਨੂੰ ਭਜਾਣ ਦੀ ਕੋਸ਼ਿਸ਼ ਕੀਤੀ ਤਾਂ ਭਜਾਇਆ ਪਿੱਛੋਂ ਦੀ ਜੋ ਜਗਰਾਉਂ ਦੇ ਵਿੱਚ ਉਹ ਐ ਮੈਨੂੰ ਇਹ ਦੱਸੋ ਤੁਸੀਂ ਬੜਾ ਇੱਕ ਅਹਿਮ ਰੋਲ ਅਦਾ ਕੀਤਾ ਜਿੱਥੇ ਐਨਆਰਆਈ ਦੀ ਕੋਠੀ 'ਚ ਅਸੀਂ ਵੀ ਕੀਤਾ ਤੁਸੀਂ ਵੀ ਕੀਤਾ ਬਹੁਤ ਸਾਰੇ ਹੋਰ ਲੋਕਾਂ ਨੇ ਆਜ਼ਾਦਾਨਾ ਪੰਜਾਬ ਦੇ ਵਿੱਚ ਕੀਤਾ ਕੀ ਉਹ ਅਜੇ ਤੱਕ ਉਹ ਤਹਿਸੀਲਦਾਰ ਜਿਨੇ ਜਾਲੀ ਰਜਿਸਟਰੀ ਕੀਤੀ ਹੈ ਕਾਰਵਾਈ ਕਿਉਂ ਨਹੀਂ ਹੋਈ ਜੀ ਅਵੰਧਿਤ ਕਰਦੇ ਨਾ ਦੀ ਔਰਤ ਪਾਵਰ ਆਫ ਟੌਰ ਨਹੀਂ ਬਣਾਈ ਜਿੰਨੇ ਜਿੰਨ ਨਹੀਂ ਰਜਿਸਟਰੀ ਜਿਹਦੇ ਨਾ ਦਿਖ ਰਹੀ ਨਹੀਂ ਪਾਵਰ ਆਫ ਟੌਰ ਨਹੀਂ ਦਿੱਤੀ ਹਾਂ ਚਲੋ ਪਾਵਰ ਆਫ ਟੌਰ ਨਹੀਂ ਦਿੱਤੀ ਵੇਅਰ ਇਜ਼ ਦੈਟ ਟ੍ਰੀਟਿੰਗ ਪਹਿਲੇ ਪੁਲਿਸ ਨੇ ਉਹਨੂੰ ਦੁਬਈ ਭਜਾ ਤੱਕ ਤੂੰ ਨਿਕਲ ਜਾ ਕਾਕਾ ਸਾਨੂੰ ਫੜਨਾ ਪੈਣਾ ਉਹ ਸ਼ੋਕਮਾਰ ਜਿਹੜਾ ਉਹ ਬਾਅਦ ਨਿਕਲ ਗਿਆ ਅਜੇ ਤੱਕ ਮਾਲੂਕੇ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ ਜੀ ਇਹ ਮੈਨੂੰ ਦੱਸੋ ਇਜ਼ ਇਟ ਫੇਅਰ

ਬਰਤਪ ਸਿੰਘ ਬਾਜਵਾ ਲੀਡਰ ਆਫ اپੋਜੀਸ਼ਨ ਦੇ ਨਾਲ ਇਹਦੇ ਵਿੱਚ ਵੀ ਬੜੇ ਭਖ ਦੇ ਮਸਲਿਆਂ ਤੇ ਗੱਲਬਾਤ ਹੋਈ ਆ ਆਓ ਸ਼ੁਰੂ ਕਰਦੇ ਆਂ ਮੁਲਾਕਾਤ ਸਤਿ ਸ਼੍ਰੀ ਅਕਾਲ ਬਾਈ ਸਾਹਿਬ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾਂ ਵਿਛੋੜਾ ਹੋ ਗਿਆ ਸੀ ਭਾਜੀਪੀ ਨਾਲ ਤੇ ਹੁਣ ਫਿਰ ਨਜ਼ਦੀਕੀਆਂ ਵਧਦੀਆਂ ਜਾਂਦੀਆਂ ਪਿੰਘਾਂ ਪੈਂਦੀਆਂ ਜਾਂਦੀਆਂ ਇਹੋ ਜਿਹੇ ਸਮਾਚਾਰ ਆ ਰਹੇ ਆ ਮੀਡੀਆ 'ਚ ਇਹ ਵੀ ਚਰਚਾ ਸ਼ੁਰੂ ਹੋ ਗਈ ਕਿ ਬੀਬੀ ਹਰ ਸਿਮਰਤ ਆਪਣਾ ਬਾਦਲ ਨੂੰ ਫੇਰ ਬਣਾ ਰਹੇ ਮੰਤਰੀ ਮੋਦੀ ਸਾਹਿਬ ਇਹ ਕਹਾਣੀ ਕਿਧਰ ਨੂੰ ਜਾਂਦੀ ਹੈ ਕੀ ਰਿਐਕਸ਼ਨ ਹੈ ਤੁਹਾਡਾ ਮੇਕੋ ਮੈਂ ਸਮਝਦਾ ਕਿ ਸ਼ਰੋਮਣੀ ਅਕਾਲੀ ਦਲ ਇਸ ਕਿਸਮ ਦੀ ਮੋਨੂਮੈਂਟਲ ਗਲਤੀ ਨਹੀਂ ਕਰੇਗਾ ਹੂੰ ਹੂੰ ਮੇਰਾ ਆਪਣਾ ਮੰਨ ਕਿਉਂਕਿ ਪਹਿਲੇ ਤੁਹਾਨੂੰ ਪਤਾ ਹੈ ਕਿ ਫਾਰਮ ਲਾਜ਼ ਦੇ ਵਿੱਚ ਜਦੋਂ ਕਾਲੇ ਤਿੰਨ ਕਾਨੂੰਨ ਮੋਦੀ ਸਾਹਿਬ ਦੀ ਸਰਕਾਰ ਲੈ ਕੇ ਆਈ ਬਹੁਤ ਜ਼ਬਰਦਸਤ ਰਿਐਕਸ਼ਨ ਹੋਇਆ ਕਿਉਂਕਿ ਸ਼ੁਰੂ ਦੇ ਵਿੱਚ ਸਰਦਾਰਨੀ ਹਰ ਸਿਮਰਤ ਕੌਰ ਬਾਦਲ ਨੇ ਫਿਰ ਸਾ ਸੁਖਬੀਰ ਸਿੰਘ ਬਾਦਲ ਨੇ ਫਿਰ ਸੁਰਗਵਾਸੀ ਸਾ ਪ੍ਰਕਾਸ਼ ਸਿੰਘ ਬਾਦਲ ਕੋ ਵੀ ਇਹਨਾਂ ਬਿਆਨ ਦੁਵਾਏ ਕਾਲੇ ਕਾਨੂੰਨਾਂ ਦੇ ਹੱਕ 'ਚ ਬਹੁਤ ਵੱਡੇ ਪੈਮਾਨੇ ਤੇ ਪੰਜਾਬ ੜਕ ਪਿਆ ਕਿਸਾਨ ਇਹਨਾਂ ਦੇ ਘਰ ਦੇ ਬਾਹਰ ਜਾ ਕੇ ਬਾਦਲ ਪਿੰਡ 'ਚ ਬਹਿ ਗਏ ਇਹਨਾਂ ਦੀ ਘਰ ਦੇ ਕੋਠੀ ਦੇ ਬਾਹਰ ਧਰਨਾ ਸ਼ੁਰੂ ਹੋ ਗਿਆ ਉਦੋਂ ਫਿਰ ਇਹਨਾਂ ਨੇ ਅੰਦਾਜ਼ਾ ਲਾਇਆ ਕਿ ਗਰਾਊਂਡ ਸਵੈਲ ਇੰਨਾ ਜ਼ਬਰਦਸਤ ਸਾਡੇ ਖਿਲਾਫ ਚੱਲ ਪਿਆ ਕਿ ਸਾਨੂੰ ਘਰ ਚੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਣਾ। ਇਹਨਾਂ ਫਿਰ ਇੱਕੋਦਮ ਆਪਣਾ ਸਟੈਂਸ ਬਦਲਿਆ। ਯੂ ਟਰਨ ਮਾਰੇ ਆ ਤੇ ਉਹਦੇ ਖਿਲਾਫ ਆਪਣੀ ਗੱਲ ਸ਼ੁਰੂ ਕਰ ਦਿੱਤੀ ਤੇ ਇਹਨਾਂ ਨੇ ਉਸ ਸਰਕਾਰ ਤੋਂ ਬਾਹਰ ਵੀ ਨਿਕਲ ਆਏ ਭਾਜਪਾ ਦੀ ਸਰਕਾਰ। ਬਹੁਤ ਇਹਨਾਂ ਨੇ ਕਰੜੇ ਸ਼ਬਦ ਸਦਾਰਨੀ ਹਰ ਸਿਮਰਤ ਕੌਰ ਰੋਣਾ ਨੇ ਬਾਅਦ ਦੇ ਵਿੱਚ ਮੋਦੀ ਸਾਹਿਬ ਦੀ ਸ਼ਖਸੀਅਤ ਦੇ ਖਿਲਾਫ ਵੀ ਪ੍ਰੈਮਿਸਟ ਦੇ ਬੋਲੇ ਮੇਰਾ ਖਿਆਲ ਨਹੀਂ ਹੈ ਕਿਉਂਕਿ ਅਜੇ ਤੱਕ ਵੀ ਪੰਜਾਬ ਦੀ ਕਿਸਾਨੀ ਤੇ ਸਾਡੀਆਂ ਯੂਨੀਅਨਜ਼ ਜਿੰਨੀਆਂ ਭਾਰਤੀ ਕਿਸਾਨ ਯੂਨੀਅਨਜ਼ ਨੇ ਫਾਰਮ ਯੂਨੀਅਨਜ਼ ਨੇ ਜਾਂ ਆਮ ਕਿਸਾਨ ਨੇ ਪੰਜਾਬ ਦਾ ਉਹਨਾਂ ਨੇ ਅਜੇ ਮੋਦੀ ਸਾਹਿਬ ਨੂੰ ਤੇ ਭਾਜਪਾ ਨੂੰ ਉਸ ਗੱਲ ਦੀ ਮਾਫੀ ਨਹੀਂ ਅਜੇ ਦਿੱਤੀ ਇਹ ਤੁਸੀਂ ਵੇਖੋਗੇ ਆਉਂਦੀਆਂ ਪਾਰਲੀਮੈਂਟ ਇਲੈਕਸ਼ਨਾਂ 'ਚ ਵੀ ਤੁਸੀਂ ਵੇਖੋਗੇ ਜਦੋਂ ਭਾਜਪਾ ਬਾਹਰ ਨਿਕਲੇਗੀ ਤੇ ਕਿਸਾਨਾਂ ਦੀ ਵਿਰੋਧਤਾ ਇਹਨਾਂ ਨੂੰ ਸਾਹਮਣੇ ਨਜ਼ਰ ਆਏਗੀ ਖਲੋਤੀ ਐਸ ਟਾਈਮ ਇਹ ਕੋਡਾ ਹੀ ਵਿਵਾਦਿਤ ਦੂਜਾ ਬਿੱਲ ਤਿਆਰ ਕਰ ਲਿਆ ਇਹਨੂੰ ਯੂਨੀਫਾਈਡ ਸਿਵਲ ਕੋਡ ਸਿਵਲ ਕੋਡ ਕਹਿੰਦੇ ਨੇ ਯੂਸੀਸੀ ਜਿਹੜਾ ਟੋਟਲੀ ਐਂਟੀ ਮਿਨੋਰਿਟੀ ਜਿਹੜਾ ਪੰਜਾਬੀਆਂ ਦੀ ਜਿਹੜੀ ਇੱਕ ਖੁਰਫ ਸਾਹੀ ਸਾਡਾ ਇਤਿਹਾਸ ਹੈ ਸਾਡੇ ਆਪਣੇ ਕਾਇਦੇ ਨੇ ਸਾਡੇ ਕਾਨੂੰਨ ਨੇ ਅਸੀਂ ਧਰਮਤਾਬਕ ਜਿਸਾ ਚੱਲੇ ਇਹ ਮਿਨੋਰਿਟੀਜ਼ ਦੇ ਖਿਲਾਫ ਜੇ ਅੱਜ ਇਹ ਜੁਆਇਨ ਕਰਦੇ ਨੇ ਤੇ ਇਹ ਉਹੀ ਪੋਜੀਸ਼ਨ ਬਣ ਜਾਣੀ ਹੈ ਜਿਹੜੀ ਤਿੰਨ ਕਾਲੇ ਕਾਨੂੰਨਾਂ ਦੇ ਬਾਅਦ ਬਣੀ ਕਿਉਂਕਿ ਇਹਦਾ ਬਹੁਤ ਅਕਾਲੀ ਦਲ ਨੇ ਵਿਰੋਧ ਕੀਤਾ ਤੇ ਇਹਦਾ ਵਿਰੋਧ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਹੁਣ ਮੈਨੂੰ ਦੱਸੋ ਕਿਸ ਮੂੰਹ ਦੇ ਨਾਲ ਜਦੋਂ ਬਿੱਲ ਪਾਰਲੀਮੈਂਟ ਦੇ ਵਿੱਚ ਆਏਗਾ ਇਹ ਉਹਦੀ ਮਦਦ ਕਿਸ ਮੂਨਾ ਕਰਨਗੇ ਜੇ ਕਰਨਗੇ ਇਹਨਾਂ ਦੀ ਉਹੀ ਪੋਜੀਸ਼ਨ ਹੋ ਜਾਏਗੀ ਜੋ ਐਤ ਕੀ ਅਸੈਂਬਲੀ ਦੇ ਵਿੱਚ ਸੋ ਜੋ ਖਬਰਾਂ ਚ ਆ ਰਿਹਾ ਹੈ ਮਤਲਬ ਤੁਹਾਡਾ ਇੱਕ ਮਤਲਬ ਕਿ ਸ਼ਗੂਫਾ ਹੀ ਆ ਨਹੀਂ ਸ਼ਗੂਫਾ ਨਹੀਂ ਪੋਸਿਬਿਲਟੀ ਹੋ ਸਕਦੀ ਕਿਉਂਕਿ ਭਾਜਪਾ ਇਸ ਟਾਈਮ ਬਹੁਤ ਜ਼ਿਆਦਾ ਇਹਨਾਂ ਦੇ ਪੈਰ ਉਖੜੇ ਭਾਜਪਾ ਚੰਦੀ ਹੈ ਕਿ ਕਿਸੇ ਸਾਹਬ ਨਾਲ ਪੁਰਾਣੇ ਐਨਡੀਏ ਦੇ ਅਲਾਈਜ਼ ਵਾਪਸ ਆ ਜਾਣ ਬਟ ਪੰਜਾਬ ਦੇ ਵਿੱਚ ਮੈਂ ਸਮਝਣਾ ਇਹ ਸੂਸਾਈਡਲ ਹੋਏਗਾ ਕਾਲੀ ਦਲ ਵਾਸਤੇ ਭਾਜਪਾ ਦਾ ਤਾਂ ਸ਼ਾਇਦ ਸੋਰਜ ਬਟ ਅਕਾਲੀਖਿਓ ਕੋਈ ਪਿੰਡਾਂ ਵਿੱਚ ਇਹਨਾਂ ਨੂੰ ਅਜੇ ਰਸਤਾ ਨਹੀਂ ਮਿਲ ਰਿਹਾ ਐਂਟਰੀ ਕਰਨ ਦਾ ਪੰਜਾਬ ਦੇ ਰੂਰਲ ਪੰਜਾਬ 'ਚ ਇਹਨਾਂ ਨੂੰ ਐਂਟਰੀ ਦਾ ਇਹ ਸਮਝਦੇ ਅਕਾਲੀ ਦਲ ਦੇ ਵਾਇ ਐਂਟਰੀ ਕਰਨਗੇ ਬਟ ਅਕਾਲੀ ਦਲ ਦੀ ਆਪਣੀ ਐਂਟਰੀ ਬੰਦ ਹੋ ਜੇਗੀ ਜੇ ਇਹ ਇਹਦੇ ਵਿੱਚ ਫੇਰੇ ਆਣਗੇ ਇਟ ਹੈਲਪਸ ਯੂ ਇਹ ਤੁਹਾਡਾ ਤੁਹਾਡਾ ਪਰਪਸ ਹੈ ਹੋ ਗਿਆ ਕੋ ਮੇਰੇ ਕਹਿਨ ਤੇ ਤੇ ਜਾਣਾ ਨਹੀਂ ਮੇਰੇ ਕਹਿਨ ਤੇ ਉਹਨਾਂ ਨੇ ਜਾਣਾ ਨਹੀਂ ਮੇਰੇ ਕਹਿਨ ਤੇ ਉਹਨਾਂ ਰੁਕਣਾ ਨਹੀਂ ਬਟ ਮੈਂ ਇਹ ਜ਼ਰੂਰ ਕਹਿਣਾ ਇਟਸ ਅ ਪ੍ਰੀ ਵਰਨਿੰਗ ਟੂ ਸ਼੍ਰੋਮਨੀ ਕਾਲੀ ਦਲ ਕਿ ਜਿੱਥੇ ਤੁਸੀਂ ਅੱਜ ਆਏ ਆਪਣੀਆਂ ਪਾਸਟ ਪਾਲਿਸੀਜ਼ ਕਰਨ ਆਏ ਤੇ ਜੇ ਤੁਸੀਂ ਇਸ ਟਾਈਮ ਇਹ ਸੁਸਾਈਸਾਇਡਲ ਕਦਮ ਉਠਾਓਗੇ ਤੇ ਜੇ ਕਿਤੇ ਤੁਹਾਡੀ ਪਾਰਟੀ ਰਿਵਾਈਵ ਹੋਣ ਦੇ ਰਸਤੇ ਤੇ ਚੱਲ ਰਹੀ ਉਹ ਵੀ ਖਤਮ ਹੋ ਜਾਏਗਾ ਤੁਸੀਂ ਰਿਵਾਈਵ ਕਿਉਂ ਕਰਾਉਂਦੇ ਹੋ ਜੇ ਕੋਈ ਬੰਦਾ ਸੁਸਾਈਡ ਕਰਨਾ ਚਾਹੁੰਦਾ ਤੇ ਤੁਹਾਨੂੰ ਲਾਈਫ ਮਿਲਦੀ ਉਹਦੇ ਨਾਲ ਹੜੋ ਦੇ ਠਾਮ ਨਹੀਂ ਨਹੀਂ ਵੇਖੋ ਮੈਂ ਸਮਝਣਾ ਰੀਜਨਲ ਪਾਰਟੀਆਂ ਪੰਜਾਬ ਦੇ ਵਿੱਚ ਜਿਉਂਦੀਆਂ ਰੱਖਣੀਆਂ ਜ਼ਰੂਰੀ ਨੇ ਯੂ ਵਾਂਟ ਦੀ ਕਾਲਜ ਟੂ ਲਿਵ ਹਾਂਜੀ ਯੂ ਵਾਂਟ ਦੀ ਕਾਲਜ ਨਹੀਂ 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 ਆਫੀਸ਼ਲੀ ਇਟ ਇਜ਼ ਅ ਪਾਰਟੀ ਜਿਹਦਾ ਬਹੁਤ ਪੁਰਾਣਾ ਕਾਂਗਰਸ ਤੋਂ ਬਾਅਦ ਇਹ ਸਾਰਿਆਂ ਨੂੰ ਪੁਰਾਣੀ ਪਾਰਟੀ ਕੋ ਦੇਸ਼ ਚਾਹੇ ਤੇ ਸ਼੍ਰੋਮਣੀ ਕਾਲੀ ਦਲ ਐਂਡ ਗੌਰਵਸ਼ਾਈ ਉਹਦਾ ਇਤਿਹਾਸ ਵੀ ਰਿਹਾ ਜੀ ਤੋ ਮੈਂ ਇਹ ਤੇ ਜ਼ਰੂਰ ਚਾਹਨਾ ਸਾਡੀ ਵੀ ਇਹ ਬਹੁਤ ਸਾਰੇ ਪੰਜਾਬੀਆਂ ਦੀ ਕੋਸ਼ਿਸ਼ ਹੈ ਕਿ ਸ਼੍ਰੋਮਣੀ ਕਾਲੀ ਦਲ ਆਪਣੀ ਪਾਸਟ ਮਿਸਟੇਕਸ ਨੂੰ ਇੱਕ ਵਾਰ ਫੇਰ ਦੁਹਰਾਏ ਨਾ ਰੀਜਨਲ ਪਾਰਟੀਆਂ ਦਾ ਹਿੰਦੁਸਤਾਨ ਚੋਣਾ ਤੇ ਪੰਜਾਬ ਚੋਣਾ ਬਹੁਤ ਜ਼ਰੂਰੀ ਜਖੜ ਸਾਹਿਬ ਬਣ ਕੇ ਪ੍ਰਧਾਨ ਬੀਜੇਪੀ ਦੇ ਤੁਹਾਡੇ ਬੜੇ ਪੁਰਾਣੇ ਸਾਥੀ ਰਹੇ ਕਾਂਗਰਸ ਨੇ ਬੜਾ ਫਾਇਦਾ ਲਿਆ ਬੜੀ ਪੋਜੀਸ਼ਨਾਂ ਉਹਨੇ ਸਾਰੇ ਪਰਿਵਾਰ ਨੇ ਲਈਆਂ ਕਿਵੇਂ ਵੀ ਦੇਖਦੇ ਹੋ ਨਾ ਦੇਖੋ ਮੈਂ ਵੈਲਕਮ ਕਰਾਂਗਾ ਮੈਂ ਬੈਸਟ ਆਫ ਲੱਕ ਕਿਉਂਕਿ ਸਾਡੇ ਕੁਲੀਗ ਰਹੇ ਨੇ ਇੱਕ ਗੱਲ ਮੈਨੂੰ ਬੜੀ ਖੁਸ਼ੀ ਹੋਈ ਕਿ ਭਾਜਪਾ ਨੇ ਇਸ ਗੱਲ ਮੰਨ ਲਈ ਕਿ ਸਾਡੇ ਪੱਲੇ ਹੀ ਕੁਝ ਨਹੀਂ ਭਾਜਪਾ ਕੀ ਕੋਈ ਆਈਡੀਓਲੋਜੀ ਕੋ ਸੋਚਦੇ ਹੈ ਹੀ ਨਹੀਂ ਉਹਦਾ ਮਤਲਬ ਹੈ ਕਿ ਜਿਹੜਾ ਪਰਿਵਾਰ 70 ਸਾਲ ਕਾਂਗਰਸ ਚ ਰਿਹਾ ਹੈ ਅਲਟੀਮੇਟਲੀ ਉਸੇ ਨੂੰ ਹੀ ਵਕੀਲ ਕਰਨਾ ਪਿਆ ਆਪਣਾ ਕੇਸ ਲੜਨ ਵਾਸਤੇ हूँ जो पास के जाखड़ साहब ने आर एस एस बारे तो बी जे पी वे कमेंट दते हैं वो सारे सोशल मीडिया से आ गए हूँ उन्होंने किस तरह कॉन्ट्रडिक्ट गलों ने जो आर एस एस की सोचते कहीं हैं जो बीजेपी प्रति कही हैं भावें तीन सौ सत्तर वे कही हैं है या सी ए वेले कई ने चीज़ा ऑन रिकॉर्ड या फार्म लॉस पर कही सारे ऑन रिकॉर्ड ने देखो चेंज ऑफ आर्ट भी तो हो जाता नहीं ਚੇਂਜ ਆਫ ਹਾਰਟ ਜਖੜ ਸਾਹਿਬ ਦਾ ਤੇ ਹੋ ਸਕਦਾ ਹੋ ਗਿਆ ਹੋਏ ਬਟ ਪੰਜਾਬੀਆਂ ਦਾ ਨਹੀਂ ਹੋਇਆ ਇਹ ਜਿੱਦਣ ਆ ਕੇ ਇਹਨਾਂ ਨੇ ਉਸੇ ਸਟੇਜ ਤੋਂ ਉਹ ਗੱਲ ਭਾਜਪਾ ਦੇ ਹੱਕ ਚ ਕਰਨੀ ਉਹ ਸਾਹਮਣੇ ਪੁਰਾਣੀ ਉਹਨਾਂ ਦੀਆਂ ਸਾਰੀਆਂ ਸਟੇਟਮੈਂਟਾਂ ਨਿਕਲਣੀਆਂ ਨੇ ਮੇਰਾ ਖਿਆਲ ਇਟ ਊਡ ਬੀ ਬਿਟ ਡਿਫਿਕਲਟ ਫਾਰ ਹਿਮ ਓਕੇ ਹਾਂ ਬਟ ਮੇਰਾ ਬੈਸਟ ਆਫ ਲੱਕ ਹੈ ਉਹਨਾਂ ਨੂੰ ਬਾਈ ਜਖੜ ਸਾਹਿਬ ਅ ਬੜੇ ਬੰਦੇ ਬਿਜ਼ਨਸ ਪਿਊਰ ਵਾਲੇ ਚੱਕ ਕੇ ਤੁਹਾਡੇ ਜਿਹੜੇ ਹੈਗੇ ਆ ਕੇਸਾਂ ਚ ਫਸਾਈ ਜਾਂਦੇ ਆ ਕੁਝ ਸੰਬੰਧ ਭੇਜੀ ਜਾਂਦੇ ਆ ਬੁਲਾਈ ਜਾਂਦੇ ਆ 7-10 ਘੰਟੇ ਕੁਐਸਚਨਿੰਗ ਹੋਈ ਜਾਂਦੀ ਆ ਸਾਨੂੰ ਕੀ ਲੱਗਦਾ ਵੈਡਲੈਂਸ ਬਿਊਰੋ ਕੀ ਕਰ ਰਹੀ ਆ ਵਾਕਈ ਤੁਹਾਡੇ ਬੰਦੇ ਇਨੇ ਕਰਪਟ ਸੀਗੇ ਜੀ ਕਾਂਗਰਸ ਕੋ ਮੇਰੀ ਇੱਕ ਸੁਣ ਲੋ ਆਪਾਂ ਇਸ ਗੱਲ ਦੇ ਵਿੱਚ ਨਹੀਂ ਮੈਂ ਪੈਣਾ ਚਾਹੁੰਦਾ ਵੇਖੋ ਆਈ ਐਮ ਨੋਬਡੀ ਟੂ ਗਿਵ ਅ ਜਜਮੈਂਟ ਜਜਮੈਂਟ ਹੈਸ ਟੂ ਬੀ ਗਿਵਨ ਬਾਈ ਅ ਜੱਜ ਇਹਨਾਂ ਦਾ ਕੰਮ ਹੈ ਫੜਨਾ ਜੋ ਮਰਜ਼ੀ ਕਰਨ ਗਵਰਨਮੈਂਟ ਦੇ ਵਿੱਚ ਨੇ ਜੋ ਮਰਜ਼ੀ ਜਿੰਨੂੰ ਮਰਜ਼ੀ ਵੇਖੋ ਕਾਲ ਕਰਨ ਕੋਈ ਗੱਲ ਨਹੀਂ ਬਟ ਮੈਂ ਇੱਕ ਕੁਐਸਚਨ ਸਿੱਧੇ ਤੌਰ ਭਗਵੰਤ ਮਾਨ ਨੂੰ ਕਰਨਾ ਕਿਉਂਕਿ ਹੀ ਇਜ਼ ਦੀ ਵਿਜੀਲੈਂਸ ਸੀਵੀਜ਼ ਦੇ ਚੀਫ ਮਿਨਿਸਟਰ ਹੀ ਹੈਜ਼ ਦੀ ਡਿਪਾਰਟਮੈਂਟ ਆਫ ਹੋਮ ਅਫੇਅਰਸ ਐਂਡ ਵਿਜੀਲੈਂਸ ਅੰਡਰ ਹਿਮ ਮੈਂ ਪੁੱਛਣਾ ਚਾਹੁੰਦਾ ਭਗਵੰਤ ਜੀ ਜਿੱਥੋਂ ਤੱਕ ਤੁਹਾਡੇ ਆਈਐਸ ਤੇ ਆਈਪੀਐਸ ਅਫਸਰਾਂ ਦੀ ਗੱਲ ਹੈ ਕੋਈ ਫਾਈਲ ਤੁਸੀਂ ਬਹੁਤ ਪੁਰਾਣੇ ਹੋ ਤੱਗਰ ਸਾਹਿਬ ਕੋਈ ਵੀ ਸਕੈਂਡਲ ਕਿਸੇ ਮਿਨਿਸਟਰੀ ਚ ਹੁੰਦਾ ਮਿਨਿਸਟਰ ਕੋ ਤਾਂ ਸਾਰੇ ਨੋਖੀਰ ਤੇ ਫਾਈਲ ਜਾਂਦੀ ਪਹਿਲੇ ਥੱਲੇੜੇ ਬਾਬੂ ਤਿਆਰ ਕਰਦੇ ਨੇ ਫਿਰ ਸੈਕਟਰੀ ਅਖੀਰ ਦਾ ਮਹਿਕਮੇ ਦਾ ਕਰਦਾ ਤਾਂ ਫਿਰ ਮਿਸਟਰ ਦੇ ਸਿਗਨੇਚਰਸ ਤੋਂ ਬਾਅਦ ਫਿਰ ਫਾਈਲ ਡਾਊਨ ਦੀ ਲਾਈਨ ਆਂਦੀ ਸਾਰਿਆਂ ਦਿਸਕਤ ਹੁੰਦੇ ਫਿਰ ਉਸੇ ਦੇ ਚੜਦਾ ਭਾਵੇਂ ਉਹਨੂੰ ਜਾਇਜ਼ ਕਹੀਏ ਭਾਵੇਂ ਨਜਾਇਜ਼ ਕੋਈ ਕੰਮ ਕਹੀਏ ਹੁਣ ਇਹਦੇ ਵਿੱਚ ਇਹਨਾਂ ਨੇ ਕੀ ਵੇਖਿਆ ਹੁਣ ਜਿਹਾ ਪੀਐਸਆਈਸੀ ਹੈ ਮੇਰਾ ਖਿਆਲ ਪੰਜਾਬ ਦਾ ਸਾਰਾ ਨੂੰ ਵੱਡਾ ਸਕੈਮ ਪੀਐਸਆਈਸੀ ਦਾ ਸਕੈਮ ਆਈਏਸ ਇਨਵੋਲਵ ਹੋ ਗਏ ਆਈਏ ਸਟ੍ਰਾਈਕ ਤੇ ਚਲੇ ਗਏ ਆਈਏਸ ਨੇ ਇਹ ਗੱਲ ਕਹਿਤੀ ਕਿ ਜੇ ਤੁਸੀਂ ਇਹ ਕੰਮ ਕਰੋਗੇ ਨੌਕਰੀਆਂ ਛੱਡ ਦੇਂਗਾ ਅਸੀਂ ਤੁਹਾਡੀ ਸਰਕਾਰ ਨਹੀਂ ਚੱਲਣ ਦਾਂਗੇ ਉਦੋਂ ਤੋਂ ਫਿਰ ਇਹਨਾਂ ਨੇ ਸੋਚਿਆ ਕਿ ਜੇ ਆਈਐਸ ਸਾਡੇ ਨਾਲ ਨਾ ਤੁਰੇ ਆਈਪੀਐਸ ਨਾਲ ਨਾ ਤੁਰੇ ਪੀਸੀਐਸ ਨਾਲ ਨਾ ਤੁਰੇ ਤਾਂ ਸਰਕਾਰ ਕਿਸ ਤਰ੍ਹਾਂ ਚਲਾਵਾਂਗੇ ਉਦੋਂ ਦਾ ਫਿਰ ਇਹਨਾਂ ਨੇ ਵਿਜੀਲੈਂਸ ਨੂੰ ਹੁਕਮ ਜਾਰੀ ਕੀਤਾ ਦਿੱਲੀ ਦੇ ਆਕਾ ਨੇ ਕਿ ਹੁਣ ਅਫਸਰਾਂ ਨੂੰ ਨਾ ਇਹਦੇ ਚ ਇਨਵੋਲ ਕਰੋ ਕਿਸੇ ਮਨਿਸਟਰ ਦੀ ਫਾਈਲ ਨਾ ਕੱਢੋ ਮੇਰੀ ਸੁਣ ਲੋ ਹੁਣ ਕਿਸੇ ਮਨਿਸਟਰ ਦੀ ਨਾ ਇਹ ਸਰਕਾਰ ਦੀ ਨਾ ਪਿਛਲੀਆਂ ਦੀ ਕਿਸੇ ਦੀ ਫਾਈਲ ਨਾ ਕੱਢੋ ਹੁਣ ਪੋਲੀਟੀਸ਼ੀਅਨਸ ਤੇ ਜਿਹੜਾ ਕੰਮ ਕਰਨਾ ਤੁਸੀਂ ਡਿਸਪਰੋਪੋਰਸ਼ਨੇਟ ਅਸੈਕਟਸ ਦਾ ਕੇਸ ਲਿਆਓ ਕਿਉਂਕਿ ਉਹ ਕੱਲਾ ਪੋਲਿਟਿਕਲ ਬੰਦੇ ਤੇ ਜਾਏਗਾ ਕਿ ਆਪਣੀ ਜਾਇਦਾਦ ਤੋਂ ਵੱਧ ਜਿਹੜਾ ਹੈ ਕਿ ਤੈਨੂੰ ਆਮਦਨ ਘਾਟੇ ਤੇ ਜਾਇਦਾਦ ਤੋਂ ਵੱਧ ਬਣਾਈ ਉਹ ਦੱਸ ਕਿੱਥੋਂ ਤੇਰੇ ਕੋਲ ਪੈਸੇ ਆਏ ਉਹ ਕਰਤਾ ਸੋ ਦੈਟ ਅਸੀਂ ਆਈਐਸ ਨੂੰ ਆਈਪੀਐਸ ਨੂੰ ਪੀਸੀਐਸ ਕਰਪਟ ਬੰਦਿਆਂ ਨੂੰ ਅਸੀਂ ਬਚਾ ਸਕੀਏ ਪੀਐਸਆਈ ਸੀ ਇੱਕ ਆਈਐਸ ਅਫਸਰ ਤੇ ਕੇਸ ਹੋਇਆ ਇੱਕ ਲੇਡੀ ਅਫਸਰ ਉਹਦੀ ਅਜੇ ਤੱਕ ਦੱਸੋ ਮੈਨੂੰ ਕਿ ਗ੍ਰਿਫਤਾਰੀ ਕਿਉਂ ਨਹੀਂ ਵਿਜੀਲੈਂਸ ਨੇ ਕੀਤੀ ਅਮਰੂਦਾਂ ਦਾ ਸਕੈਮ ਹੋਇਆ ਜਿੱਥੇ 120 ਬੂਟੇ ਲੱਗਣੇ ਅਮਰੂਦਾ ਦੇ 12 1200 ਬੂਟਾ ਵਖਾ ਕੇ ਵੱਡਾ ਦੋ ਆਈਐਸ ਅਫਸਰ ਨੇ ਉਹਨਾਂ ਦੀ ਬੀਵੀਆਂ ਇਨਵੋਲ ਨੇ ਅਜੇ ਤੱਕ ਕਿਉਂ ਰੈਸਟ ਨਹੀਂ ਹੋਈ ਜੀ ਸੋ ਇਹ ਕਹਿੰਦਾ ਮੇਰਾ ਮਕਸਦ ਹੈ ਬਕਾਇਦਤੌਰ ਲੌਪਸਾਈਡਡ ਇਹ ਜਿਹੜੀ ਉਹ ਤਰਾਜ਼ੂ ਜਿਸੀ ਆਮ ਲੇਡੀ ਵਖਾਈ ਹੁੰਦੀ ਹੈ ਕਿ ਉਹਦੇ ਅੱਖ ਤੇ ਪੱਟੀ ਬੰਜੀ ਹੈ ਤੇ ਉਹਨੇ ਤਰਾਜ਼ੂ ਫੜਿਆ ਉਹਦਾ ਮਕਸਦ ਮਤਲਬ ਇਹ ਸੀ ਕਿ ਪੱਖਪਾਤ ਨਹੀਂ ਕਰੇਗੀ ਪਟ ਮੈਂ ਸਮਝਨੇ ਇਨਾ ਨੇ ਤੇ ਅੱਖਾਂ ਤੇ ਪੱਟੀ ਉਹ ਬੰਨ ਲਈ ਕਿ ਜਿਹੜਾ ਪੱਖਪਾਤ ਕਰਨਾ ਕਰ ਲੋ ਜਿਹਨੂੰ ਛੱਡਣਾ ਛੱਡ ਲੋ ਸੋ ਦਿਸ ਇਜ਼ ਨਾਟ ਅ ਫੇਕ ਇੱਕ ਹੋਰ ਚੀਜ਼ ਪਤਾ ਲੱਗੀ ਹੈ ਹਾਂਜੀ ਤੁਹਾਡੇ ਕੁਝ ਮੰਤਰੀ ਜਾਂ ਪਿਛਲੇ ਐਮਐਡੀ ਦੇ ਜਿਹੜੇ ਫਸੇ ਆ ਹਾਂ ਉਹ ਇੱਕ ਇੱਕ ਸਾਬਕਾ ਐਮਐਡੀ ਦੇ ਥਰੂ ਪਹੁੰਚ ਕਰ ਰਹੇ ਆ ਬਜਨਸਾੜਿਆਂ ਤਈ ਸੈਟਿੰਗ ਹੋ ਜੇ ਸਾਡੀ ਔਰ ਬਜਨਸਾੜਿਆਂ ਦੀ ਗੱਲ ਮੰਨ ਵੀ ਰਹੇ ਕੁਛ ਹੱਦ ਤੱਕ ਕੁਝ ਬਦਲੀਆਂ ਛੜਲੀਆਂ ਵੀ ਉਹ ਤੁਹਾਡੇ ਜਿਹੜੇ ਹੈਗੇ ਆ ਐਮਐਡੀ ਉਹਦੇ ਕਹਿਣ ਤੇ ਵਧੀਆ ਥਾਂ ਤੇ ਵੀ ਸੈਟਿੰਗ ਜੀ ਹੋ ਰਹੀ ਹੈ ਕੋਈ ਐਦਾਂ ਦੀ ਸੂਚਨਾ ਵੀ ਮਿਲੀ ਆ ਐਦਾਂ ਦਾ ਥੋੜਾ ਕਾਣਾ ਸਬੂਤ ਜੇ ਵੀ ਸਾਹਮਣੇ ਆ ਤੱਕਰ ਸਾਹਿਬ ਜਿਹੜੀ ਗੱਲ ਵੇਖੋ ਜਿਹੜੀ ਠੋਸ ਗੱਲ ਨਾ ਹੋਏ ਉਹਦੇ ਤੇ ਮੈਂ ਕੋਈ ਟਿੱਪਣੀ ਕਰਨਾ ਨਹੀਂ ਨਹੀਂ ਤੁਹਾਡੇ ਬੰਦੇ ਨਹੀਂ ਮਾਈਟ ਬੀ ਟ੍ਰਾਈਂਗ ਨਹੀਂ ਨਹੀਂ ਉਹ ਬੰਦਾ ਮਾਰਦਾ ਹੀ ਫਸਾਇਆ ਮੈਨੂੰ ਮੈਨੂੰ ਇਸ ਗੱਲ ਦਾ ਇਲਮ ਨਹੀਂ ਜਿਹੜੀ ਗੱਲ ਦਾ ਮੈਨੂੰ ਇਲਮ ਹੋਏਗਾ ਮੈਂ ਉਹਨਾਂ ਕੈਮਰਾ ਐਕਸੈਪਟ ਕਰ ਲਾਂਗਾ ਮੈਂ ਅੱਜ ਤੁਸੀਂ ਵਰਕਿੰਗ ਭਗਵੰਤ ਮਾਨ ਦੀ ਗਵਰਨਮੈਂਟ ਤੇ ਮੈਂ ਕਰ ਰਿਹਾ ਕਿ ਭਗਵੰਤ ਮਾਨ ਜੀ ਠੀਕ ਹੈ ਤੁਸੀਂ ਚੀਫ ਮਿਨਿਸਟਰ ਤੁਸੀਂ ਕਹਿ ਕਿ ਮੈਂ ਬਟ ਤੁਸੀਂ ਪੱਖਪਾਤ ਕਰ ਰਹੇ ਹੋ ਤੁਸੀਂ ਇੱਕ ਕਲਾਸ ਛੱਡ ਰਹੇ ਹੋ ਇੱਕ ਉਸ ਨੂੰ ਇਨਵੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਿੱਥੇ ਤੁਸੀਂ ਸਮਝ ਲੋ ਕਿ ਉਸ ਪਾਰਟੀ ਨੂੰ ਬਦਨਾਮ ਕਰੀਏ ਕਿਉਂਕਿ ਵੇਖੋ ਸੈਕੂਲਰ ਵੋਟ ਦੋ ਪਾਰਟੀਆਂ ਕੋਲ ਇੱਕ ਆਪ ਕੋਲੇ ਕਾਂਗਰਸ ਕੋਲੇ ਅਕਾਲੀ ਦਾ ਤੇ ਭਾਜਪਾ ਕੰਪਲੀਟਲੀ ਡਿਫਰੈਂਟ ਪਾਰਟੀਆਂ ਨੇ ਉਹਨਾਂ ਦਾ ਵੋਟ ਬੈਂਕ ਹੀ ਡਿਫਰੈਂਟ ਇਹਨਾਂ ਦੀ ਪਰਜ਼ੋਰ ਕੋਸ਼ਿਸ਼ ਹੈ ਕਿ ਕਾਂਗਰਸ ਨੂੰ ਬਦਨਾਮ ਕੀਤਾ ਜਾਏ ਡਿਮੋਰਲਾਈਜ਼ ਕੀਤਾ ਜਾਏ ਵੋਟ ਬੈਂਕ ਖਿੱਚਿਆ ਜਾਏ ਇਹਨਾਂ ਦੇ ਲੀਡਰ ਪਜਾਏ ਜਾਣ ਇਹ ਵੀ ਮੈਂ ਤੁਹਾਨੂੰ ਦੱਸਾਂ ਜਿੰਨੇ ਭਾਜਪਾ ਗਏ ਨੇ ਕਾਂਗਰਸ ਛੱਡ ਕੇ ਉਹ ਬਕਾਇਦਾ ਤੌਰ ਪਾਜਪਾ ਤੇ ਆਪ ਦੀ ਅੰਡਰਸਟੈਂਡਿੰਗ ਚ ਗਏ ਉਹਨਾਂ ਨੇ ਕਿਹਾ ਸਾਨੂੰ ਬੰਦਿਆਂ ਦੀ ਲੋੜ ਹੈ ਨਾ ਕਿਹਾ ਕੋਈ ਗੱਲ ਨਹੀਂ ਜੀ ਮੈਂ ਤੁਹਾਨੂੰ ਪ੍ਰੋਵਾਈਡ ਕਰਾਨਾ ਮੈਂ ਤੁਹਾਨੂੰ ਪ੍ਰੋਵਾਈਡ ਕਰਾਨਾ ਜਿਹੜੇ ਬੰਦਿਆਂ ਤੇ ਕੋਈ ਕੇਸਿਸ ਐਸੀ ਉਹ ਇਸ ਗੱਲ ਤੇ ਚਲੇ ਗਏ ਸ਼ਾਇਦ ਭਾਜਪਾ ਜਾ ਕੇ ਬਚ ਜਾਵਾਂਗੇ ਧੁੱਪ ਬਕਾਇਦਾ ਤੌਰ ਇਹ ਰਲ ਕੇ ਗੇਮ ਹੋ ਰਹੀ ਹੈ ਐਂਡ ਮੈਂ ਸਮਝਦਾ ਇੱਕ ਬਹੁਤ ਖਤਰਨਾਕ ਇਹ ਬਹੁਤ ਖਤਰਨਾਕ ਰੀਤ ਹੈ ਜ਼ਰੂਰ ਕਰੋ ਮੈਂ ਤੇ ਅਸੈਂਬਲੀ 'ਚ ਵੀ ਕਿਹਾ ਭਗਵੰਤ ਮਾਨ ਨੂੰ ਕਿ ਤੁਸੀਂ ਆਪਣਾ ਰਾਜਾ ਰਾਜੀ ਕਰੋ ਜ਼ਰੂਰ ਕਰੋ ਬਟ ਦੇ ਵਿਲ ਕਮ ਉਹ ਵੀ ਦਿਨ ਆਏਗਾ ਜਿੱਦ ਦਿਨ ਤੁਹਾਨੂੰ ਵੀ ਇਹਦੀ ਕੀਮਤ ਅਦਾ ਕਰਨੀ ਪੈਗੀ ਇੱਕ ਚੰਗੀ ਤਰ੍ਹਾਂ ਸਮਝ ਲਓ ਕਦੀ ਇਹ ਟਾਈਮ ਇੱਕ ਨਹੀਂ ਰਹਿੰਦਾ ਟਾਈਮਸ ਕੀਪ ਚੇਂਜਿੰਗ ਟਾਈਮਸ ਕੀਪ ਚੇਂਜਿੰਗ ਇੱਕ ਟਾਈਮ ਸੀ ਜਦੋਂ ਸਾ ਸੁਖਵੀਰ ਸਿੰਘ ਬਾਦਲਵੀ ਕਹਿੰਦੇ 25 ਸਾਲ ਦਾ ਮੈਂ ਰਾਜ ਕਰਨਾ ਹੁਣ 15 ਸਾਲ 10 ਸਾਲ ਬਾਹਰ ਹੋ ਗਏ ਨੇ ਸੋ ਦੈਟ ਟਾਈਮ ਇਜ਼ ਗੋਇੰਗ ਟੂ ਕਮ ਜਦੋਂ ਇਹਨਾਂ ਨੇ ਜਿਹੜੇ ਆਪਣੇ ਬੰਦੇ ਛੱਡੇ ਨੇ ਵੇਖੋ ਮੈਂ ਵਿਜੇਂਦਰ ਸਿੰਘੇ ਦੀ ਪੁੱਛਣਾ ਜਿਹੜਾ ਵਿਜੇ ਸਿੰਘ ਲੈ ਇਹਨਾਂ ਦਾ ਮਿਨਿਸਟਰ ਇਹਨਾਂ ਖੁਦ ਕਬੂਲਿਆ ਕਿ 1% ਉਹਨੇ ਰਿਸ਼ਵਤ ਲਈ ਹੈ ਜੀ ਐਲਸਕੀ ਸਕੀਮ ਤੈਨੂੰ ਸਕੀਮ ਬਣਾਈ ਸੀ ਕੀ ਕੀ ਤਾਂ ਉਹਦੇ ਚ ਫਰਦ ਤੇ ਜੀ ਕਿ ਸਰਾਰੀ ਜੇ ਕਿ ਚਬੂਤ ਅਚੀਵਮੈਂਟ ਸਟਾਪ ਕਹਿ ਰਿਹਾ ਨਹੀਂ ਨਹੀਂ ਉਹ ਕਹਿ ਰਿਹਾ ਨਹੀਂ ਨਹੀਂ ਮੈਨੂੰ ਜੀ ਉਹ ਦੀ ਪ੍ਰੋਸੈਸ ਆਫ ਡੂਇੰਗ ਹੈ আচ্ছা ਚਲੋ ਇੱਕ ਮੈਨੂੰ ਲੱਗਿਆ ਉਹਨੇ ਗੋਲੀ ਚਲਾਉਣੀ ਸੀ ਬੰਦਾ ਮਾਰਨਾ ਸੀ ਪਰ ਗੋਲੀ ਚੱਲੀ ਅੱਛਾ ਚੱਲੀ ਨਹੀਂ ਤੇ ਫਿਰ ਅੰਦਰ ਕਿਹੜੀ ਗੱਲਾਂ ਦੇ ਦਿੱਤਾ ਜੀ ਉਹ ਗਲਤੀ ਸੀ ਨਹੀਂ ਅੱਛਾ ਅਗਲੀ ਸਰਾਰੀ ਆਡੀਓ ਤੇ ਆਈ ਸਾਰੇ ਕੰਮ ਉਹ ਉਹ ਸਬੂਦੇ ਤੇ ਉਹ ਸਬੂਤ ਸੀ ਉਹਦੇ ਤੇ ਕਿਉਂ ਜਿਹੜਾ ਅਮਿਤ ਰਤਨ ਸੀ ਉਹਨੂੰ ਫੜ ਲਿਆ ਮੌਕੇ ਤੇ ਵਿਜੀਲੈਂਸ ਨੇ ਬਠੰਡੇ ਉਤੋਂ ਟੈਲੀਫੋਨ ਦਿੱਲੀ ਤੋਂ ਆਪ ਦੇ ਕਿਸੇ ਟੌਪ ਲੀਡਰ ਦਾ ਆਇਆ ਫਿਰ ਉਸੇ ਵਿਜੀਲੈਂਸ ਨੇ ਲਾਈਟਾਂ ਬੰਦ ਕਰਾ ਕੇ ਉਹਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਭਜਾਇਆ ਪਿੱਛੋਂ ਦੀ ਚੌਥੇ ਦਿਨ ਜਦੋਂ ਆਡੀਓ ਤੇ ਵੀਡੀਓਜ਼ ਆ ਗਈਆਂ ਮਜਬੂਰੀ ਨਾ ਪੜਨਾ ਪਿਆ ਹੁਣ ਵੀ ਆ ਜੋ ਮੋਗੇ ਦੀ ਐਮਐਲਏ ਨੇ ਕੀਤਾ ਜੋ ਜਗਰਾਉਂ ਦੇ ਵਿੱਚ ਉਹ ਐਮਨੂਏ ਦੱਸੋ ਤੁਸੀਂ ਬੜਾ ਇੱਕ ਅਹਿਮ ਰੋਲ ਅਦਾ ਕੀਤਾ ਜਿੱਤੇ ਐਨਆਰਆਈ ਦੀ ਕੋਠੀ 'ਚ ਅਸੀਂ ਵੀ ਕੀਤਾ ਤੁਸੀਂ ਵੀ ਕੀਤਾ ਬਹੁਤ ਸਾਰੇ ਹੋਰ ਲੋਕਾਂ ਨੇ ਆਜ਼ਾਦਾਨਾ ਪੰਜਾਬ ਦੇ ਵਿੱਚ ਕੀਤਾ ਕਿ ਉਹ ਅਜੇ ਤੱਕ ਉਹ تحصیلਦਾਰ ਜਿਹਨੇ ਜਾਲੀ ਰਜਿਸਟਰੀ ਕੀਤੀ ਹੈ ਕਾਰਵਾਈ ਕਿਉਂ ਨਹੀਂ ਹੋਈ ਜੀ ਕਰਮ ਸਿੰਘ ਤੇ ਕਾਰਵਾਈ ਕਿ ਉਹ ਜਿਸ ਬੰਦੇ ਜਿਹੜੀ ਔਰਤ ਕਿੱਥੇ ਗਈ ਜਿਹੜੀ ਉਹਨਾਂ ਦੇ ਨਾਮ ਦੀ ਉਹ ਅਮਰਜੀਤ ਕੌਰ ਦੇ ਨਾਮ ਦੀ ਔਰਤ ਪਾਵਰ ਆਫ ਟਰਨ ਨਹੀਂ ਬਣਾਈ ਜਿਨੇ ਜਿਨ ਨਹੀਂ ਰਜਿਸਟਰੀ ਜਿਹਦੇ ਨਾਮ ਦੀ ਕਰਾਈ ਨਹੀਂ ਪਾਵਰ ਆਫ ਟਰਨ ਨਹੀਂ ਦਿੱਤੀ ਹਾਂ ਚਲੋ ਪਾਵਰ ਆਫ ਟਰਨ ਨਹੀਂ ਦਿੱਤੀ ਵੇਅਰ ਇਜ਼ ਦੈਟ ਰੀਡੀ ਜਿਨੇ ਖੜਿਆ ਹੋ ਕਿਉਂ ਕੀਤਾ ਲੱਭੀ ਨਹੀਂ ਅਜੇ ਤੱਕ ਨਹੀਂ ਲੱਭੀ ਫੇਰ ਜਿਹਨੂੰ ਪਾਵਰ ਆਫ ਟਰਨ ਨਹੀਂ ਦਿੱਤੀ ਹੈ ਉਹ ਜੋ ਮੈਨੂੰ ਪਤਾ ਲੱਗਾ ਇਹਨਾਂ ਨੇ ਪਹਿਲੇ ਪੁਲਿਸ ਨੇ ਉਹਨੂੰ ਦਬਈ ਭਜਾ ਤੱਕ ਤੂੰ ਨਿਕਲ ਜਾ ਕਾਕਾ ਸਾਨੂੰ ਫੜਨਾ ਪੈਣਾ ਉਹ ਸ਼ੋਕਮਾਰ ਜਿਹੜਾ ਉਹ ਬਾਹਰ ਨਿਕਲ ਗਿਆ ਅਜੇ ਤੱਕ ਕਰਮ ਸਿੰਘ ਗ੍ਰਿਫਤਾਰ ਕਿਉਂ ਨਹੀਂ ਹੋਇਆ ਅਜੇ ਤੱਕ ਮਾਨੂਕੇ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ ਜੀ ਇਹ ਮੈਨੂੰ ਦੱਸੋ ਇਜ਼ ਇਟ ਫੇਅਰ ਹਾਂ ਇਹ ਲੱਗਦਾ ਇਹ ਇਹ ਲੱਗਦਾ ਆਮ ਆਦਮੀ ਪਾਰਟੀ ਵੱਲੋਂ アンਫੇਅਰ ਪ੍ਰੈਕਟਿਸ ਕੀਤੀ ਜਾ ਰਹੀ ਹੈ ਟੋਟਲ アンਫੇਅਰ ਅੱਛਾ ਇੱਕ ਹੋਰ ਪਿਆ ਤੁਹਾਨੂੰ ਇਹਨਾਂ ਦੱਸਾਂ ਨਿਰਈ ਨਹੀਂ ਹਰ ਮਿਨਿਸਟਰੀ ਦੇ ਵਿੱਚ ਆਲਮੋਸਟ ਸਾਰੀਆਂ ਮਿਨਿਸਟਰੀਆਂ ਦੇ ਵਿੱਚ ਇਹ ਕੰਮ ਆਰੰਭ ਤਾਂ ਇਹਨਾਂ ਨੇ ਐਮ ਐਲ ਏ ਨੇ ਕੰਮ ਰੰਮ ਤਾ ਕਨਸਟੈਂਸੀ ਵਾਈਜ਼ ਤਸੀਲਦਾਰ ਬਿਲਕੁਲ ਪੈਸੇ ਕਾਣ ਲਾਗੇ ਬਿਲਕੁਲ 100% ਤੁਹਾਡੇ ਟਾਪ ਅਫੀਸਰ ਜਿਹੜੇ ਨੇ ਜੀ ਲੈ ਉਹ ਦੋ ਚਾਰ ਐਗਜ਼ਾਮ ਤੋਂ ਅਮਨ ਦਿਓ ਸਬੂਤ ਇਕੱਠੇ ਕਰਕੇ ਕਰੀ ਮੈਂ ਤੁਹਾਨੂੰ ਦਵਾਂਗਾ ਤੁਹਾਨੂੰ ਅੱਜ ਹੀ ਤਾਂ ਮਾਈਨਿੰਗ ਦਾ ਹੀ ਦੇਣਾ ਤੇ ਮਾਈਨਿੰਗ ਦਾ ਦੇ ਮੈਂ ਆਲ ਵਰਕ ਆਨ ਸਾਰੇ ਕੋਈ ਦਵਾਂਗੇ ਆਲ ਵਰਕ ਆਨ ਤੁਹਾਨੂੰ ਐਮ ਐਲ ਏ ਤੇ ਦੱਸ ਨੇ ਕਿੰਨੇ ਆਕਰ ਨੇ ਨਜਾਇਜ਼ ਕਬਜ਼ੇ ਤੇ ਕੀ ਕੀ ਕਰੀ ਜਾਂਦੇ ਇੱਕ ਐਮ ਐਲ ਏ ਤੋਂ ਹੀ ਵੇਖਿਆ ਨਹੀਂ ਇੱਕ ਐਮਐਲਏ ਸੀ ਇਹਨਾਂ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਫਿਰ ਬਹੁਤ ਭੜਕਦੇ ਨੇ ਇਹਨਾਂ ਨੇ ਉਹਦੀ 13 ਲੱਖ ਰੁਪਏ ਦੀ ਟੋਟਲ ਕਾਰ ਨਹੀਂ ਤੋ ਇਹਨੇ 13 ਲੱਖ ਦੀ ਟੋਟਲ ਜਾਇਦਾਦ ਦਿਖਾਈ ਕਿ ਮੇਰੇ ਕੋਲ ਟੋਟਲ ਮੇਰੇ ਨਾਂ ਤੇ ਮਾਲਕੀਏ 13 ਲੱਖ ਰੁਪਏ ਦੀ ਹੈ ਆਪਣੇ ਇਲੈਕਸ਼ਨ ਐਵੀਟਿਵਿਟੀ ਹੁਣ 43 ਲੱਖ ਕੈਸ਼ ਦੇ ਕੇ ਇੱਕ ਫੋਰਚੂਨਰ ਗੱਡੀ ਖਰੀਦ ਲਈ ਫ্রম ਵੇਅਰ ਐਸ ਦੈਟ ਮਨੀ ਕਮ ਵਾਈਜ਼ ਦੀ ਵਿਜੀਲੈਂਸ ਨਾਟ ਨਾਕਡਾਉਨ ਹਿਸ ਡੋਰ ਗੀ ਵਾਲ ਕਿਉਂ ਕਰਦਾ ਕਿਸੇ ਬੰਦੇ ਦੱਸ ਤਾਂ ਵੇਖੋ ਇਹ ਇਹ ਲੰਬਾ ਟਾਈਮ ਨਹੀਂ ਇਹ ਕੰਮ ਚੱਲਣਾ ਇਹਨਾਂ ਨੇ ਮੁੜਨਾ ਨਹੀਂ ਲੋਕਾਂ ਦੇ ਸਾਹਮਣੇ ਹਰ ਚੀਜ਼ ਆ ਜਾਣੀ ਹੈ ਜਿਉਂ-ਜਿਉਂ ਮਹੀਨੇ ਗੁਜ਼ਰਨਗੇ ਇਹਨਾਂ ਨੂੰ ਹੀ ਪਤਾ ਵੇਖੋ ਇਹਨਾਂ ਦੇ ਐਮਐਲਏ ਨੂੰ ਤੇ ਇਹਨਾਂ ਦੇ ਮੰਤਰੀਆਂ ਨੂੰ ਪਤਾ ਹੈ ਕਿ ਫਸਟ ਐਂਡ ਲਾਸਟ ਟਾਈਮ ਹੈ ਸਾਡਾ ਇਹਨਾਂ ਦਰਖਤਾਂ ਦੇ ਪੱਤੇ ਲਾਹ ਕੇ ਵਿਖਾ ਜੜੇ ਅਜੇ ਤਾਂ ਤੂੰ ਅਜੇ ਥੋੜਾ ਜਿਹਾ ਡੀਕਿਓ ਤੂੰ ਵੇਖੋ ਗਾ ਬੰਦਾ ਕੀ ਜੇ ਦਿੱਲੀ ਵਿੱਚ ਇਹ ਉਗਰਾਹੀਆਂ ਕਰ ਸਕਦੇ ਨੇ ਐਕਸਾਈਜ਼ ਚੋਂ ਮਾਈਨਿੰਗ ਚੋਂ ਆ ਤੁਹਾਡੀ ਪਬਲਿਕਿਸ਼ਨ ਤੋਂ ਤੇ ਤੁਸੀਂ ਸਮਝਦੇ ਹੋ ਕਿ ਬਾਕੀ ਮੁੜ ਜਾਣਗੇ ਜੀ ਹੂੰ ਤੁਸੀਂ ਇਹ ਗੱਲ ਦੱਸ ਰਹੇ ਸੀ ਐਕਸਾਈਜ਼ ਦਾ ਸਕੈਮ ਕਿਵੇਂ ਚੱਲ ਰਿਹਾ ਜੀ ਪੰਜਾਬ ਚ ਐਕਸਾਈਜ਼ ਜੋ ਦਿੱਲੀ ਹੋਇਆ ਕੱਟ ਐਂਡ ਪੇਸਟ ਪਾਲਿਸੀ ਉੱਤੇ ਪੰਜਾਬ ਦੇ ਵਿੱਚ ਟੋਟਲ ਐਕਸਾਈਜ਼ ਹੈ 9000 ਕਰੋੜ ਦਾ ਇਹਨਾਂ ਨੇ ਹੋਲ ਸੇਲਰਜ਼ ਨੂੰ ਜਿਹੜੀ ਉਹਨਾਂ ਦੀ ਕਮਿਸ਼ਨ ਹੈ ਉਹ 5 ਤੋਂ 12% ਕਰਤੀ ਟੋਟਲ 12% ਮੁਤਾਬਕ 1080 ਕਰੋੜ ਰੁਪਇਆ ਬਾਹਰ ਨਿਕਲੇ ਆ ਉਹਨਾਂ ਹੋਲ سیلਰਸ ਕੋ ਕੈਸ਼ ਜੋ ਸਾਨੂੰ ਪਤਾ ਲੱਗਾ 50% ਉਹ ਲੈ ਗਏ ਨੇ ਤੇ 50% 6-6% ਦੋਨਾਂ ਨੇ ਵੰਡ ਲਏ ਇਹ ਤੁਹਾਨੂੰ ਸਾਰੀ ਜੋ ਦਿੱਲੀ ਤੋਂ ਆ ਰਹੀਆਂ ਟੀਮਾਂ ਉਹ ਇੱਥੇ ਜੋ ਮੈਨੂੰ ਇਲਮ ਹੈ ਉਹ ਸਾਰਾ ਕੁਝ ਜੋਗਾ ਸੇਮ ਮੈਂ ਤੁਹਾਨੂੰ ਬਹੁਤ ਵੱਡਾ ਇੱਕ ਸਕੈਂਡਲ ਹੈ ਇਸ ਟਾਈਮ ਦੱਸ ਰਹੇ ਹਾਂ ਇੱਥੇ ਤੇ ਕਹਿੰਦੇ ਬਾਈਂਡਿੰਗ ਨਹੀਂ ਹੋ ਰਹੀ ਹੋ ਵੀ ਰਹੀ ਹੈ ਚਲੋ ਉਨੇ ਵੱਡੇ ਪੇਮਾਨੇ ਤੇ ਹੋ ਸਕਦਾ ਨਾ ਹੋ ਰਹੀ ਹੋਏ ਪਰ ਇਹਨਾਂ ਨੇ ਦੂਜਾ ਕੰਮ ਆਰੰਭਤਾ ਬਹੁਤ ਵੱਡਾ ਕੱਚਾ ਮਾਲ ਪੰਜਾਬ ਚ ਆਈਦਾ ਤੁਹਾਨੂੰ ਪਤਾ ਵੱਡੀ ਹਾਈਵੇਜ਼ ਬਣ ਰਹੀਆਂ ਸੜਕਾਂ ਬਣ ਰਹੀਆਂ ਪ੍ਰਾਪਰਟੀਆਂ ਇਥੇ ਕਲੋਨੀਆਂ ਬਣ ਰਹੀਆਂ ਹਰ ਚੀਜ਼ ਬਣ ਰਹੀ ਹੈ ਇਥੇ ਕਿਉਂਕਿ ਉਹਨਾਂ ਮਾਲ ਲਈ ਪੰਜਾਬ ਚ ਪ੍ਰੋਡਿਊਸ ਹੋ ਰਿਹਾ ਮੈਕਸਿਮਮ ਮਾਲ ਆ ਰਿਹਾ ਹਿਮਾਚਲ ਚ ਸਾਡੀ ਜਿਹੜੀ ਪਠਾਨਕੋਟ ਵਾਲੀ ਬੈਲਟ ਕਾਂਗੜੇ ਵਾਲੀ ਬੈਲਟੋਂ ਉੱਥੋਂ ਆ ਰਿਹਾ ਕੁਝ ਜੰਮੂ ਵਾਲੀ ਬੈਲਟ ਚੋਂ ਆ ਰਿਹਾ ਪਠਾਨਕੋਟ ਦੇ ਵਾਲੇ ਤੋਂ ਬਾਕੀ ਹਰਿਆਣਾ ਦਾ ਟੋਟਲ ਬਾਰਡਰ ਜਿਹੜਾ ਉਥੋਂ ਮਾਲ ਕੱਚਾ ਪੰਜਾਬ ਚ ਆ ਰਿਹਾ ਹੈ ਤਕਰੀਬਨ 2000 ਟਰੱਕ ਹਰ ਰੋਜ਼ ਪੰਜਾਬ ਦੇ ਵਿੱਚ ਆ ਰਿਹਾ ਹੈ ਕੱਚੀ ਪਰਚੀ ਇਸ ਟਾਈਮ 9000 ਰੁਪਏ ਦੀ ਫੀ ਟਕਲਤ ਮੈਂ ਤੁਹਾਨੂੰ ਕਹੂੰਗਾ ਬਾਰਡਰ ਤੇ ਜਿਹੜਾ ਵੀ ਆ ਜਾਂਦਾ ਹ ਬਾਰਡਰ ਤੇ ਕੱਚੀ ਪਰਚੀ ਦਿੰਦੇ ਮੈਂ ਤੁਹਾਨੂੰ ਪਰਚੀਆਂ ਦੇਣਾ ਅੱਜ ਜੀ ਮੇਰੇ ਕੋ ਪਰਚੀਆਂ ਪਈਆਂ ਤੇ ਉੱਤੇ ਆਏ ਨੇ ਕੱਚੇ ਇਹ ਵੇਖੋ ਗਵਰਨਮੈਂਟ ਆਫ ਇੰਡੀਆ ਦੀ ਇੱਕ ਡਾਇਰੈਕਟ ਹੈ ਕਿ ਤੁਸੀਂ ਜਦੋਂ ਵੀ ਕਿਸੇ ਨੂੰ ਪਰਚੀ ਕੱਟ ਕੇ ਦੇਣੀ ਹੈ ਇਟ ਹੈਸ ਟੂ ਬੀ ਕੰਪਿਊਟਰਾਈਜ਼ਡ ਕੰਪਿਊਟਰਾਈਜ਼ਡ ਯਾ ਇਹ ਹੱਥੀ ਲਿਖੀਆਂ ਨੇ ਹੱਥੀ ਲਿਖੀਆਂ ਤੇ ਮੋਰ ਲੱਗੀ ਨੰਬਰ ਲੱਗਿਆ ਕੋਈ ਨੰਬਰ ਜਾਲੀ ਲਾਏ ਨੇ ਹੱਥ ਨਾਲ ਲਿਖੀਆਂ ਨੇ ਉਹ ਜਦੋਂ ਕਹੋਗੇ ਉਹ ਤੁਸੀਂ ਕੁਝ ਪ੍ਰੂਵ ਨਹੀਂ ਕਰ ਸਕਣਾ ਸੋ 1 ਕਰੋੜ 80 ਲੱਖ ਰੁਪਈਆ ਰੋਜ਼ ਦੀ ਕਲੈਕਸ਼ਨ ਹੋ ਰਹੀ ਹੈ 1 ਕਰੋੜ ਅਪਰੋਕਸੀਮੇਟਲੀ 1 ਕਰੋੜ 80 ਲੱਖ ਰੁਪਈਆ ਕਿੰਨਾ ਬਣਿਆ ਜੀ ਤਕਰੀਬਨ 50 55 ਕਰੋੜ ਰੁਪਈਆ ਮਹੀਨਾ ਤੇ ਉਹਨੂੰ 12000 ਦੇ ਦਿਓ 600 ਤੋਂ ਵੱਧ ਕਰੋੜ ਰੁਪਈਆ ਜੋ ਦਿਓ ਮੈਂ ਆਈਲ ਟ੍ਰਾਈ ਕਰ ਪੰਜ ਮੈਂ ਕਰਦਾ ਉਹ ਕਰ ਤਨ ਦੇਣਾ ਸਰ ਕੋਈ ਹਾਂ ਅੱਛਾ ਜੀ ਅੱਗੇ ਹੁਣ ਆਪਣਾ ਰਹਿ ਗਿਆ ਪੁਆਇੰਟ ਆਪਣਾ ਅਜੇ ਪਬਲਿਕ ਰਿਲੇਸ਼ਨ ਦੀ ਤੁਸੀਂ ਗੱਲ ਕਰਦੇ ਹੋ ਪਬਲਿਕ ਰਿਲੇਸ਼ਨ ਵਾਲੇ ਵੀ ਮਤਲਬ ਕਿ ਐਡ ਦੇ ਕੇ 50% ਵਾਪਸ ਲੈਂਦੇ ਆ ਡਿਸਕਾਊਂਟ ਬਿਲਕੁਲ ਥਿਸ ਇਜ਼ ਸੀ ਵਾਟ ਆਈ ਹੈ ਬੀਨ ਟੋਲਡ ਬਾਈ ਆਫੀਸਰਸ ਆਫ ਦੀ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਆਈ ਬੀਨ ਅ ਮਿਨਿਸਟਰ ਇਨ ਥਿਸ ਡਿਪਾਰਟਮੈਂਟ ਉਹਦੇ ਵਿੱਚ ਉਹਨੇ ਮੈਨੂੰ ਦੱਸਿਆ ਜੀ ਕਿ ਆਹ ਕੰਮ ਇਹਨਾਂ ਨੇ ਇੱਕ ਅਫਸਰ ਦੀ ਡਿਊਟੀ ਲਈ ਹੈ ਕਿ ਡਿਸਕਾਊਂਟ ਤੇ ਤੁਹਾਨੂੰ ਵੀ ਪਤਾ ਤੁਸੀਂ ਆਪ ਰਹੇ ਹੋ ਇਸੇ ਮੈਂ ਯੂ ਹੈਵ ਵਰਕਡ ਫॉर ਟ੍ਰਿਬਿਊਨ ਤੁਸੀਂ ਇੰਡੀਅਨ ਐਕਸਪ੍ਰੈਸ 'ਚ ਰਹੇ ਹੋ ਹਿੰਦੁਸਤਾਨ ਟਾਈਮ 'ਚ ਰਹੇ ਹੋ ਡਿਸਕਾਊਂਟ ਤੁਹਾਨੂੰ ਪੇਪਰਸ ਵੀ ਦਿੰਦੇ ਨੇ ਟੈਲੀਵਿਜ਼ਨ ਚੈਨਲਸ ਵੀ ਦਿੰਦੇ ਜਾਂ ਦਿੰਦੇ ਉਹ ਡਿਸਕਾਊਂਟਡ ਮਨੀ ਜਾ ਰਹੀ ਹੈ ਵਾਪਸ ਸਿੱਧੀ ਇਹਨਾਂ ਦੇ ਕਾਊਂਟਾਂ ਦੇ ਵਿੱਚ ਇੱਕ ਅਫਸਰ ਕਲੈਕਟ ਕਰ ਰਿਹਾ ਪਬਲਿਕ ਰਿਲੇਸ਼ਨਸ ਵਿਭਾਗ ਦਾ ਜੀ ਉਹ ਕਲੈਕਟ ਕਰਕੇ ਇਹਨਾਂ ਨੂੰ ਪੈਸਾ ਦਿੰਦਾ तकरीबन 150 ਤੋਂ 200 ਕਰੋੜ ਰੁਪਈਆ ਹੋਵੇ 750 ਨੂੰ 25 750 ਕਰੋੜ ਦਾ ਜਿਹੜਾ ਇਹਨਾਂ ਦਾ ਬਜਟ ਹੈ ਟੋਟਲ ਉਹਨੂੰ 25% ਡਿਸਕਾਊਂਟਡ ਲਾ ਲਓ ਤੁਸੀਂ ਡਿਸਕਾਊਂਟ ਕੱਢ ਕੇ ਲਾ ਲਓ ਕਿ ਨਾਲ ਪੈਸਾ ਆ ਰਿਹਾ ਵਾਪਸ which is being uh, plowed back ਵਾਪਸ ਆ ਰਿਹਾ ਇਹ ਤਿੰਨ ਮੇਨ ਸੋਰਸੇ ਨੇ ਬਾਕੀ ਤਾਂ ਜੇ ਸਾਡੀ ਲੋਜੇ ਬਾਕੀਆਂ ਦੀ ਵੀ ਤੁਹਾਨੂੰ ਸਾਰੀ ਦੱਸ ਦਾਂਗੇ ਚਰਚਾ ਕਿੱਥੇ ਕੀ ਚੱਲ ਰਿਹਾ ਇਹ ਕੋਲ ਲਿਜਹੇ ਰਹੀ ਨਹੀਂ ਜਾਣੀ ਇੱਕ ਕੋਈ ਹੋਲੇ ਛੋਟਾ ਰਹਿ ਜਾ। ਅੱਛਾ ਭਾਈ ਸਾਹਿਬ ਅਖੀਰ ਹਾਂਜੀ। ਕੋਈ ਕੰਮ ਇੱਕ ਅੱਧਾ ਕੋਈ ਵਧੀਆ ਵੀ ਕੀਤਾ ਭਗਵੰਤ ਮਾਨ ਨੇ ਜਿਉਂਦਾ ਬਣਿਆ 1.5 ਸਾਲ ਦਾ ਕੋਈ ਕੋ ਚੰਗਾ ਕੰਮ ਕੀਤਾ ਇਹਨੇ ਜੀ। ਕੋਈ ਇੱਕ ਅੱਧਾ ਕੋਈ ਯਾਦ ਹੋਵੇ। ਮੈਨੂੰ ਤਾਂ ਕੋਈ ਨਜ਼ਰ ਨਹੀਂ ਆ ਰਹੀ ਤੇ ਬਿਲਕੁਲ ਸਾਰ ਨੂੰ ਮੈਂ ਅਨਫੋਰਚੂਨੇਟ ਕਿਉਂ ਕਿਨਾਂ। ਕੋਈ ਇੱਕ ਅੱਧਾ ਕੋਈ ਕੀਤਾ ਵੀ ਹੋਏਗਾ ਆਪਣੀ ਆਪਣੀ ਹੀ ਪਬਲਿਸਿਟੀ ਕੀਤੀ ਹੈ ਜੀ। ਹੋਰ ਤਾਂ ਕੁਝ ਮੈਨੂੰ ਨਹੀਂ ਯਾਦ ਕੋ ਤੁਸੀਂ ਆ ਜਿਹੜਾ ਹੈਗਾ ਗੁਰਬਾਣੀ ਵਾਲਾ ਮੁੱਦਾ ਇਹ ਮਨ ਕੇ ਰੁਪਈਏ ਚ ਚਵਾਨੀ ਕਿਤੇ ਨਹੀਂ ਠੀਕ ਤੁਸੀਂ ਮੰਨੀ ਜਾਂਦੇ ਹੋ ਕਿ ਨਹੀਂ ਉਹ ਤਾਂ ਅਸੀਂ ਪਹਿਲੇ ਹੀ ਕਿਹਾ ਜੀ ਉਹ ਤਾਂ ਸਾਰਾ ਪੰਜਾਬ ਚਾਹੁੰਦਾ ਚਾਹੁੰਦਾ ਬਟ ਇਹਦੇ ਵਿੱਚ ਇੱਕ ਚੀਜ਼ ਸਮਝ ਲਓ ਚੰਗੀ ਤਰ੍ਹਾਂ ਇਹ ਕੁਰਬਾਨੀ ਵਾਲਾ ਬਹਾਨਾ ਲਾ ਕੇ ਇਹ ਬੇਸਿਕਲੀ ਡਾਇਰੈਕਟਲੀ ਮਦਖਲਤ ਕਰਨਾ ਚਾਹੁੰਦੇ ਐ ਇਸ ਪੀਸ ਉਹ ਉਹ ਅਗਲੀ ਸਟੇਜ ਆਉਂਦੀ ਉਹ ਆਪਾਂ ਟਾਕਰ ਬਾਊਟ ਆਊਟ ਨੈਕਸਟ ਟਾਈਮ ਮਨ 25% ਜਿਹੜਾ ਉਹਦਾ ਮਕਸਦ ਹੈ ਉਹ ਤੁਸੀਂ ਨਾਲ ਸਹਿਮਤ ਹੋ ਬਈ ਇਹ ਗੁਰਬਾਣੀ ਜਾਣੀ ਚਾਹੀਦੀ ਸਾਰੇ ਪਾਸੇ ਉਹ 100% ਹੈ ਤੇ 2019 ਦੇ ਵਿੱਚ ਖੁਦ ਪਤਾ ਲੈ ਕੇ ਆਏ ਤੇ ਇਹ ਕਿਸੇ ਇੱਕ ਚੈਨਲ ਦੀ ਮੋਨੋਪੋਲੀ ਨਹੀਂ ਹੋਣੀ ਚਾਹੀਦੀ ਬਿਲਕੁਲ ਨਹੀਂ ਹੋਣੀ ਚਾਹੀਦੀ ਇਹਦਾ ਵਪਾਰੀਕਰਨ ਨਹੀਂ ਹੋਣਾ ਚਾਹੀਦਾ 100% ਨਹੀਂ ਹੋਣਾ ਚਾਹੀਦਾ ਸੋ ਇੱਥੋਂ ਤੱਕ ਤੁਸੀਂ ਭਗਵੰਤ ਮਾਨ ਨਾਲ ਸਹਿਮਤ ਹੋ ਤੇ ਬਾਕੀ ਫਿਰ ਸਾਰਾ ਗੱਲ ਜਿਹੜੀ ਹੈਗੀ ਹੈ ਉਹ ਵੱਖਰੀ ਹੈ ਤੇ ਉਹ ਆਪਾਂ ਫਿਰ ਉਹਦੇ ਬਾਰੇ ਫਿਰ ਅਗਲੇ ਇੰਟਰਵਿਊ ਵਿੱਚ ਗੱਲ ਕਰਾਂਗੇ ਸੋ ਸਾਥੀਓ ਇੱਥੇ ਆਪਾਂ ਮੁਲਾਕਾਤ ਦਾ ਕਰਦੇ ਹਾਂ ਅੰਤ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਜੋ ਗੱਲਾਂ ਦਸੀਆਂ ਤੁਹਾਡੇ ਤੱਕ ਪਹੁੰਚ ਗਈਆਂ ਕਿਵੇਂ ਭਗਵੰਤ ਮਾਨ ਦੀ ਸਰਕਾਰ ਉੱਤੇ ਵੀ ਸ਼ੈਡੋ ਯਾਨੀ ਕਿ ਬਦਲ ਮੰਡਰਾ ਰਹੇ ਨੇ ਪੱਖਪਾਤੀ ਹੋਣਗੇ ਤੇ ਕਿਤੇ ਕਿਤੇ ਰਿਸ਼ਵਤ ਖੋਰੀ ਦੇ ਵੀ ਜਿਹੜੇ ਹੈਗੇ ਬਦਲ ਮੰਡਰਾ ਰਹੇ ਨੇ ਜਿਵੇਂ ਬਾਜਵਾਦ ਸਾਹਿਬ ਨੇ ਕਿਹਾ ਜਿਹੜੀਆਂ ਗੱਲਾਂ ਇਹਨਾਂ ਨੇ ਸਾਡੇ ਨੋਟਿਸ 'ਚ ਲਿਆਂਦੀਆਂ ਪੰਜਾਬ ਦਸਤਾਵੇਜ਼ ਉਹਨਾਂ ਦੀ ਆਪਣੇ ਪੱਧਰ ਤੇ ਕੋਹ ਕਰੇਗਾ ਜਿਵੇਂ ਮਾਈਨਿੰਗ ਦੀ ਇਹਨਾਂ ਨੇ ਗੱਲ ਕੀਤੀ ਇੱਕ ਸਾਈਜ਼ ਦੀ ਗੱਲ ਕੀਤੀ पब्लिक रिलेशन की गल की कोशिश करा इन सारे एलीगेशन असी एक इंडिपेंडेंट इन्वैसिगे करके थोड़े तक पहुँचाईए कि बाजवा साहब कि गल दुरुस्त कह रहे हैं सो so, इत आप अंत करते हैं जी आ जो सा किश्त सी प्रताप सिंह बाजवा लीडर ऑफ उप अपोजिशन छियाहठ साल के जवान और वैरी वैल educated cultured sophisticated ਨੇਤਾ ਕਾਂਗਰਸ ਦੇ ਤੋਂ ਐਦਾਂ ਦੇ ਜਿਹੜੇ ਲੀਡਰ ਨੇ ਪੰਜਾਬ 'ਚ ਘਟ ਨੇ ਸੋ ਇਹਦਾ ਨਾਲ ਗੱਲਬਾਤ ਕਰਕੇ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਸਤਿ ਸ਼੍ਰੀ ਅਕਾਲ ਜੀ ਬਾਬਾ ਧੰਨਵਾਦ ਥੈਂਕ ਯੂ ਜੀ ਬੁਰਫਤੇ